ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਕੋਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜੰਗੀਰ ਕੌਰ ਜੀ ਪਹੁੰਚੇ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਇਲਾਕੇ ਦੀ ਸੰਗਤ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਸਾਡੀ ਸਰਮੋਰ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਇਹ ਫਰਜ਼ ਬਣਦਾ ਹੈ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਇਹ ਤੁਰੰਤ ਉੱਥੇ ਪਹੁੰਚਣ। 25 ਤਰੀਕ ਦੀ ਇਹ ਘਟਨਾ ਵਾਪਰੀ, ਉਸ ਵਕਤ ਵੀ SGPC ਦੇ ਮੈਂਬਰ ਪਹੁੰਚੇ ਸੀਗੇ ਸਤਿਕਾਰਯੋਗ ਪਹਿਲਾਂ। ਸੋ ਮੈਂ ਆਪਾਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਹੀ ਬੈਠੇ ਹਾਂ, ਦੋ ਤਿੰਨ ਨੁਕਤੇ ਨੇ ਸਿਰਫ ਧਿਆਨ ਵਿੱਚ ਲਿਆ ਕੇ ਫਤਿਹ ਬੁਲਾਉਂਗਾ ਜੀ। ਤੇ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਬੀਬੀ ਜੰਗੀਰ ਕੌਰ ਜੀ ਇੱਕ ਚੰਗੇ ਪੜ੍ਹੇ ਲਿਖੇ ਨੇ ਤੇ ਇਹਨਾਂ ਦੀ ਸਾਖ ਇਹ ਹੈਗੀ ਆ ਵੀ ਇਹ ਸੁਚੱਜੇ ਢੰਗ ਨਾਲ ਗੱਲ ਹੈ ਜਿਹੜੀ ਸੁਣਦੇ ਨੇ। ਸੋ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀਆਂ ਦਾ ਦੌਰ ਚੱਲ ਰਿਹਾ, ਬੀਬੀ ਜੀ ਤੁਸੀਂ ਵੀ ਦਰਸ਼ਨ ਕੀਤੇ ਨੇ ਮਹਾਰਾਜ ਦੇ ਸਰੂਪ ਦੇ, ਜਦੋਂ ਕੋਈ ਦਰਸ਼ਨ ਕਰਦਾ ਤਾਂ ਮੇਰਾ ਖਿਆਲ ਹੈ, ਸਿੱਖ ਦੀ ਗੱਲ ਛੱਡੋ, ਕੋਈ ਵੀ ਇਨਸਾਨ ਐਸਾ ਨਹੀਂ ਜਿਹਦਾ ਹਿਰਦਾ ਬਲੂੰਦਰਿਆ ਨਹੀਂ ਜਾਂਦਾ, ਜਿਹੜਾ ਭੁੱਬਾ ਮਾਰ ਕੇ ਰੋਂਦਾ ਨਹੀਂ ਹੈ। ਪਰ ਸਾਨੂੰ ਇਹ ਜ਼ਰੂਰ ਵੇਖਣਾ ਪਊਗਾ ਕਿ ਬੇਅਦਬੀ ਦਾ ਘਟਨਾਕ੍ਰਮ ਜਿਹੜਾ, ਜਿੱਥੋਂ ਤੱਕ ਮੇਰੇ ਧਿਆਨ ਵਿੱਚ ਹੈ 1986 ਦੇ ਵਿੱਚ ਨਕੋਦਰ ਕਾਂਡ ਵਾਪਰਿਆ, ਉਸ ਕਾਂਡ ਦੀ ਅਜੇ ਤੱਕ ਕੋਈ ਉਕਸੁਕ ਨਹੀਂ ਹੋਈ। ਕੁਛ ਕੁ ਨੁਕਤੇ ਨੇ, ਮੈਂ ਬਹੁਤਾ ਲੰਮਾ ਸਮਾਂ ਨਹੀਂ, ਦੋ ਤਿੰਨ ਗੱਲਾਂ ਬੀਬੀ ਜੀ ਦੇ ਧਿਆਨ ਚ ਲਿਆਉਂਗਾ ਤੇ ਮੈਨੂੰ ਉਮੀਦ ਹੈ ਕਿ ਸੰਗਤ ਚ ਅੱਜ ਜ਼ਰੂਰ ਉਹ ਗੱਲ ਕਰਕੇ ਜਾਣਗੇ। ਪਹਿਲਾਂ ਮੇਰਾ ਇੱਕ ਸਵਾਲ ਦੇ ਰੂਪ ਚ ਬੇਨਤੀ ਹੈ ਕਿ ਗਿਆਨੀ ਗੁਰਮੁਖ ਸਿੰਘ ਜੀ ਜਿੱਥੋਂ ਬੇਅਦਬੀਆਂ ਦਾ ਮੁੱਢ ਵੱਜਦਾ ਹੈ, ਇੱਥੇ ਦੇਖੋ ਮੈਂ ਸਿਰਫ ਇਕੱਲਾ ਆਇਆ, ਇਸ ਲਈ ਕੋਈ ਗਲਤ ਮੈਸੇਜ ਨਾ ਜਾਵੇ, ਆਪਾਂ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਹਾਂ, ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ। ਗਿਆਨੀ ਗੁਰਮੁਖ ਸਿੰਘ ਜੀ ਜਿਹੜੇ ਆਪ ਇਹ ਗੱਲ ਕਹਿੰਦੇ ਰਹੇ ਕਿ ਸਾਨੂੰ ਤਲਬ ਕੀਤਾ ਗਿਆ ਜਥੇਦਾਰਾਂ ਨੂੰ ਮਾਫੀ, ਜਿਹੜੀ ਬਿਨਾਂ ਮੰਗਿਆ ਮੰਗਵਾਈ ਗਈ, ਉਸ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਜੀ ਆਪਣੇ ਵਿਚਾਰਾਂ ਤੋਂ ਮੁੱਕਰ ਗਏ। ਜੇ ਆਪਾਂ ਇਹ ਕਹੀਏ ਕਿ ਗਿਆਨੀ ਗੁਰਮੁਖ ਸਿੰਘ ਜੀ ਝੂਠ ਬੋਲਦੇ ਸੀ, ਉਹ ਬੋਲ ਸਕਦੇ ਨੇ ਝੂਠ, ਪਰ ਮੇਰਾ ਇਹ ਸਵਾਲ ਹੈ ਕਿ ਜੇ ਗਿਆਨੀ ਗੁਰਮੁਖ ਸਿੰਘ ਨੇ ਏਡਾ ਵੱਡਾ ਝੂਠ ਬੋਲਿਆ ਤਾਂ ਉਹਨੂੰ ਅਸੀਂ ਖਿਤਾਬ ਕੀ ਦਿੱਤਾ, ਉਹਨੂੰ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਲਾਤਾ। ਗਿਆਨੀ ਗੁਰਮੁਖ ਸਿੰਘ ਉਦੋਂ ਸੱਚ ਬੋਲ ਰਹੇ ਸੀ ਜਾਂ ਅੱਜ ਸੱਚ ਬੋਲ ਰਹੇ ਆ, ਇਹਦੀ ਤਫਤੀਸ਼ ਨਹੀਂ ਹੋਣੀ ਚਾਹੀਦੀ ਸੀ। ਦੂਸਰੀ ਮੇਰੀ ਬੇਨਤੀ ਹੈ ਕਿ ਜਦੋਂ ਮਾਫੀ ਦਿੱਤੀ ਗਈ ਤਾਂ ਸੰਗਤ ਨੇ ਡਟ ਕੇ ਵਿਰੋਧ ਕੀਤਾ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 90 ਲੱਖ ਰੁਪਏ ਦੇ ਇਸ਼ਤਿਹਾਰ ਜਿਹੜੇ ਦਿੱਤੇ ਗਏ ਅਖਬਾਰਾਂ ਨੂੰ, 90 ਲੱਖ ਰੁਪਏ ਦੇ ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ ਗਏ, ਤਾਂ ਉਸ ਗੱਲ ਦੇ ਉੱਤੇ ਜਦੋਂ 338 ਸਰੂਪਾਂ ਦਾ ਮਸਲਾ ਸੀਗਾ ਤਾਂ ਉਸ ਵਕਤ 328 ਸਰੂਪਾਂ ਦਾ, ਤਾਂ CA ਕੋਹਲੀ ਤੋਂ ਰਿਕਵਰੀ ਦੀ ਗੱਲ ਚੱਲੀ ਹੈ। ਅਸੀਂ ਧੰਨਵਾਦ ਕਰਦੇ ਹਾਂ ਕਿ CA ਕੋਹਲੀ ਨੇ ਆਪਣੀ ਬਣਦੀ ਭੂਮਿਕਾ ਨਹੀਂ ਨਿਭਾਈ। ਮੇਰਾ ਇਹ ਸਵਾਲ ਹੈ ਕਿ ਗੁਰੂ ਕੀ ਗੋਲਕ ਵਿੱਚੋਂ ਜਿਹੜਾ 90 ਲੱਖ ਰੁਪਈਆ ਨਜਾਇਜ਼ ਦਿੱਤਾ ਗਿਆ ਸਧਾਰਾਂ ਨੂੰ, ਉਹਦੀ ਭਰਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਤੇ ਕਿਸ ਤੋਂ ਕਰਾਊਗੀ? ਤੀਜਾ ਮੇਰਾ ਇਹ ਸਵਾਲ ਹੈ ਕਿ ਮੈਂ ਬਹੁਤ ਸਤਿਕਾਰ ਕਰਦਾ ਸਾਰੇ SGPC ਦੇ ਉਹਨਾਂ ਮੈਂਬਰਾਂ ਦਾ ਜਿਹੜੇ ਸਵੇਰੇ ਉੱਥੇ ਮੈਮੋਰੈਂਡਮ ਵੀ ਦੇ ਕੇ ਆਏ। ਪਹਿਲਾਂ ਪਤਾ ਲੱਗਿਆ ਸੀ ਬੀਬੀ ਜੀ ਵੀ ਪਹੁੰਚਣਗੇ, ਸ਼ਾਇਦ ਨਹੀਂ ਪਹੁੰਚ ਸਕੇ। ਸੋ ਮੈਂ ਇਹ ਪੁੱਛਣਾ ਚਾਹੁੰਦਾ ਕਿ ਅਸੀਂ ਜਿਹੜੇ 328 ਸਰੂਪ ਨੇ ਉਹਨਾਂ ਦਾ ਮੈਮੋਰੈਂਡਮ ਕਿਹਨੂੰ ਦੇਣ ਵਾਸਤੇ ਜਾਈਏ? ਤੇ ਇੱਕ ਮੈਂ ਨਵਾਂ ਖੁਲਾਸਾ, ਸਾਰੀ ਪ੍ਰੈਸ ਖੜੀ ਆ, ਨੋਟ ਕਰ ਲਿਓ ਵੀਰ ਬਣ ਕੇ। ਆ ਜੀ ਮੇਰੇ ਕੋਲ ਸਾਰੇ ਡਾਕੂਮੈਂਟ ਨੇ ਤੇ ਅੱਜ ਮੈਂ ਬੀਬੀ ਜੀ ਨੂੰ ਵੀ ਇਹ ਸੌਂਪੂਗਾ। ਸਾਡੇ ਇਲਾਕੇ ਦੇ ਵਿੱਚ 2015 ਚ, ਮੈਂ ਵੈਸੇ ਲਗਾਤਾਰ ਇਹ ਗੱਲ ਕਰ ਰਿਹਾ ਤੇ ਜਿੱਥੇ ਜਿੱਥੇ ਪਹੁੰਚਾਉਣਾ ਚਾਹੀਦਾ ਸੀ ਪਹੁੰਚਾ ਰਿਹਾ, ਮਲੇਰਕੋਟਲਾ ਇਲਾਕੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 35 ਸਰੂਪ, ਬੜੀ ਇੰਪੋਰਟੈਂਟ ਗੱਲ ਹੈ, ਖੁੱਲੜਬਾਜ਼ੀ ਦਾ ਕੋਈ ਮਸਲਾ ਨਹੀਂ, ਬੜੇ ਧਿਆਨ ਨਾਲ ਸੁਣੋਗੇ ਤੁਸੀਂ ਸੁਣ ਰਹੇ ਹੋ, 328 ਸਰੂਪ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ, 25 ਸਰੂਪ, ਕੋਈ ਗੱਲ ਨੀ, ਬੜੇ ਆਰਾਮ ਨਾਲ ਬੈਠੋ, ਆਪਾਂ ਸੱਭਿਆ ਗੱਲ ਕਰ ਰਹੇ ਹਾਂ। ਹਾਂਜੀ ਮੈਂ ਸੁਣ ਰਿਹਾ, ਮੈਂ ਦੱਸ ਦਿੰਦਾ, ਕੋਈ ਨੀ ਮੇਰਾ ਸਾਰਾ ਜਾਣ ਮੈਂ ਦੱਸ, ਗੁਰੂ ਗ੍ਰੰਥ ਸਾਹਿਬ ਜੀ ਦੇ, ਸੁਣਿਓ ਪਲੀਜ਼ ਆ ਗੱਲ, ਮਲੇਰਕੋਟਲਾ ਇਲਾਕੇ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ 35 ਸਰੂਪ ਚੱਕੇ ਗਏ, 35 ਸਰੂਪ ਸੁਣੋ ਭੈਣ ਜੀ ਪਲੀਜ਼, 35 ਸਰੂਪ ਚੱਕੇ ਗਏ, 250 ਪੋਥੀਆਂ ਚੱਕੀਆਂ ਗਈਆਂ ਗੁਰੂ ਗ੍ਰੰਥ ਸਾਹਿਬ ਦੀਆਂ। ਅਸੀਂ ਉਹ ਬੰਦਿਆਂ ਦਾ ਪਤਾ ਕੀਤਾ ਵੀ ਕੌਣ ਨੇ, ਕਿਸੇ ਗੁਰਸਿੱਖ ਵੀਰ ਨੇ ਪੁੱਛਿਆ ਤੁਹਾਨੂੰ ਅਥਾਰਟੀ ਕਿਹਨੇ ਦਿੱਤੀ ਆ, ਤਾਂ ਉਹਨਾਂ ਨੇ
एक लैटर दिखाता, ये लैटर है जी ए उन्होंने मंगिया कि सानू इजाजत दिती जाए इस सरूप की। जिहड़ी सेवा करने वाली संस्था बीबी जी ना तो ओदा नंबर लिखिया है, ना ओदा कोई नाम लिखिया है, ना बंदियां दा नाम है, पर खाली दे उत्ते यानी गुरबचन सिंह जी ने उदो हस्ताक्षर करके दिते ने कि विरद हो चुके सरूपां दी सेवा संभाल दी आग्या है। इसे दे आधार ते मेरे को सारा रिकॉर्ड है कि साडे मरेकोटला इलाके दे विचों इन्नियां पोथियां चुकियां गईयां, एसजीपीसी वल्लों ड्यूटियां भी लगियां बंदियां दियां, पर उत्थे अमरगढ़ थाने च एफआईआर भी हुई, ए मसले नूं खुरदबुरद कर दिता गया। 35 सरूप गुरु ग्रंथ साहिब दे किथे ने अजे तक किसी नूं कोई पता नहीं। सो मैं ये बेनती करनी चाहना कि श्रोमणी गुरुद्वारा प्रबंधक कमेटी जिहड़ी साडे बजुर्गां ने खून डोल के होंद विच लियांदी है, असीं इस गल्लों माण भी करदे आं तुहाडे ते कि तुसीं सिख रहत मर्यादा दे उत्ते डट के पहरा दिंदे आं, जिहड़ी गल दे उत्ते तुहाडा ओहदा असीं एप्रीशिएट भी करदे आं। पर मैं ये बेनती करनी चाहना कि जिहड़े आ दो तीन मैं सवाल कीते आ, जे ज्ञानी गुरमुख सिंह ने झूठ बोलिया उहनूं अकाल तख्त साहिब दा जथेदार क्यों लाया, 90 लाख रुपये की भरपाई ਉਹ ਗੋਲਕ ਹੈ ਗੁਰੂ ਦੀ ਜਿਹਦੇ ਚੋਂ ਇੱਕ ਵੀ ਟਕਾ ਭਾਈ ਮਨੀ ਸਿੰਘ ਨੇ ਨਹੀਂ ਸੀ ਦਿੱਤਾ, ਬੰਦ ਬੰਦ ਕਟਵਾ ਲਿਆ ਸੀ ਜਕਰੀਏ ਤੋਂ। ਸੋ ਮੈਨੂੰ ਪੂਰੀ ਉਮੀਦ ਹੈ ਕਿ ਬੀਬੀ ਜੰਗੀਰ ਕੌਰ ਜੀ ਆਪਣੇ ਕੋਲ ਆ ਕੇ ਇੱਥੇ ਇਹ ਸਾਰੀਆਂ ਗੱਲਾਂ ਦੇ ਜਵਾਬ ਸੁਚੱਜੇ ਢੰਗ ਨਾਲ ਰੱਖਣਗੇ, ਉਹਨਾਂ ਕੋਲ ਜ਼ਰੂਰ ਇਹਨਾਂ ਦਾ ਕੋਈ ਨਾ ਕੋਈ ਜਵਾਬ ਹੋਊਗਾ, ਨਹੀਂ ਤਾਂ ਜਿਹੜੇ ਆ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਉੱਤੇ ਜ਼ਰੂਰ ਸਾਰਾ ਪੰਥ ਦੇ ਵੈਸੇ ਇਹ ਸਵਾਲ ਨੇ ਤਾਂ ਜ਼ਰੂਰ ਇਹਦੇ ਉੱਤੇ ਗੱਲਬਾਤ ਆਪਣੀ ਰੱਖਣਗੇ, ਕਿਉਂਕਿ ਦੇਖੋ ਇਹ ਕੋਈ ਸਿਆਸੀ ਮਸਲਾ ਨਹੀਂ ਹੈ। 2015 ਚ ਬਾਦਲਾਂ ਨੂੰ ਕਹਿੰਦੇ ਸੀ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਤੋਂ ਸਿਰਫ 12 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ ਕਲਿਆਣ ਪਿੰਡ, ਉੱਥੇ ਵੀ ਇਤਿਹਾਸਕ ਸਫਰੀ ਸਰੂਪ ਚੱਕਿਆ ਗਿਆ ਤੇ ਉਹਦੀ ਅਜੇ ਤੱਕ ਪਤਾ ਨਹੀਂ ਲੱਗਿਆ, 1 ਸਾਲ ਹੋ ਗਿਆ ਜੀ। ਮੈਂ ਇਹ ਗੱਲ ਕੈਪਟਨ ਨੂੰ ਅਕਸਰ ਕਹਿਣਾ ਕਿ ਤੁਹਾਡੇ ਉਹਨਾਂ ਦੇ ਘਰੇ ਜਦ ਰੋਟੀ ਨਹੀਂ ਸੀ ਪੱਕਦੀ ਤਾਂ ਉਹਨਾਂ ਨੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਢਿੱਡ ਖੜਕਾਇਆ ਸੀ, ਇਹਨਾਂ ਦੇ ਬਜੁਰਗਾਂ ਨੇ ਕਾਲਾ ਚੌਧਰੀ ਦੇ ਭਤੀਜਿਆਂ ਨੇ, ਉਹਨਾਂ ਨੇ ਕਿਹਾ ਸੀ ਕਿ ਸਾਡੇ ਘਰ ਰੋਟੀ ਨਹੀਂ ਪੱਕਦੀ, ਗੁਰੂ ਸਾਹਿਬ ਨੇ ਕਿਹਾ ਗੁਰੂ ਘਰ ਨੂੰ ਸਮਰਪਿਤ ਰਹੋ, ਤੁਹਾਡੇ ਘਰੇ ਕੋਈ ਤੋੜ ਨਹੀਂ ਆਊਗੀ। ਜਦੋਂ 84 ਦੇ ਸਿਆਸੀ ਚ ਕੈਪਟਨ ਨੇ ਅਸਤੀਫਾ ਦਿੱਤਾ ਕੌਮ ਸਤਿਕਾਰ ਵੀ ਕਰਦੀ ਹੈ, ਪਰ ਅੱਜ ਜੇ ਸਿਰਫ ਸਿਆਸਤ ਕਰਨੀ ਹੈ ਇਸ ਮਸਲੇ ਦੇ ਉੱਤੇ ਸਾਰੀਆਂ ਧਿਰਾਂ ਨੇ, ਸਾਡੇ ਲਈ ਸ਼ਰਮਸਾਰ ਗੱਲ ਕੋਈ ਨਹੀਂ। ਮੈਨੂੰ ਤਾਂ ਇਹ ਲੱਗਦਾ ਵੀ ਅਸੀਂ ਸਾਰੀਆਂ ਵਿੱਚ ਹੀ ਮੈਂ ਜਿਉਂਦੀਆਂ ਜਾਗਦੀਆਂ ਲੋਥਾਂ ਤੁਰੇ ਫਿਰਦੇ ਹਾਂ, ਰੋਜ਼ ਕੋਈ ਨਾ ਕੋਈ ਖ਼ਬਰ ਛਪ ਜਾਂਦੀ ਹੈ ਸਾਡੇ ਸਨਮਾਨ। ਦੇਖੋ ਅਸੀਂ ਤਾਂ ਪ੍ਰਚਾਰਕ ਹਾਂ, ਹਦਾ ਮਾਰ ਕੇ ਗੱਲ ਕਰ ਸਕਦੇ ਹਾਂ ਲੋਕਾਂ, ਪਰ ਜਿਹੜੇ ਸਾਡੇ ਪਾਵਰ ਦੇ ਵਿੱਚ ਨੇ ਉਹ ਵੀ ਸਿਰਫ ਮੈਮੋਰੈਂਡਮਾਂ ਤੱਕ ਪਹੁੰਚ ਕਰਦੇ ਨੇ, ਇੱਥੋਂ ਤੱਕ ਗੱਲ ਕਰਕੇ ਨਿਬੇੜ ਦਿੰਦੇ, ਆਈ ਗਈ ਕਰ ਦਿੰਦੇ ਆ। ਇਹ ਨਾ ਕੋਈ ਪੋਲੀਟੀਕਲ ਮਸਲਾ, ਨਾ ਕੋਈ ਅਕਾਲੀ ਕਾਂਗਰਸੀ ਦਾ ਮਸਲਾ, ਨਾ ਮੈਂ ਇੱਥੇ ਕਿਸੇ ਦੀ ਵਿਰੋਧਤਾ ਵਿੱਚ ਕੁਝ ਕਹਿ ਰਿਹਾ। ਸਾਰੇ ਪਿੰਡ ਨੂੰ ਪਤਾ ਕਿ ਇੱਥੇ ਜਦੋਂ ਬਾਦਲ ਗਰੁੱਪ ਦੇ ਲੀਡਰ ਆਏ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ, ਕੁਝ ਨੌਜਵਾਨ ਉਹਨਾਂ ਨਾਲ ਥੱਲਰ ਪਾਉਣਾ ਚਾਹੁੰਦੇ ਸੀ। ਮੈਂ ਕਿਹਾ ਕਿ ਸੱਚੇ ਪਾਤਸ਼ਾਹ ਦੀ ਹਜ਼ੂਰੀ ਹੈ ਇੱਥੇ, ਆਪਾਂ ਆਪਣਾ ਚਾਹੇ ਜਿੱਡਾ ਮਰਜ਼ੀ ਵਿਰੋਧੀ ਵੀ ਆ ਜਾਵੇ, ਭਾਵੇਂ ਮੈਂ ਉਦਾਹਰਣ ਦਿੱਤੀ ਸੀ ਕਿ ਇੰਦਰਾ ਗਾਂਧੀ ਅਕਾਲ ਤਖ਼ਤ ਨੂੰ ਢਾਹ ਕੇ ਜਦੋਂ ਦੁਬਾਰੇ ਮੱਥਾ ਟੇਕਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਉਹਨਾਂ ਨੂੰ ਪ੍ਰਸ਼ਾਦ ਦਿੱਤਾ ਗਿਆ ਸੀ, ਹਾਲਾਂਕਿ ਉਹਨੂੰ ਕੀਤੀ ਦਾ ਫਲ ਵੀ ਜਿਹੜਾ ਭੁਗਤਾ ਦਿੱਤਾ ਗਿਆ ਸੀਗਾ। ਸੋ ਇਹ ਮੇਰੀਆਂ ਇੰਨੀਆਂ ਕੁ ਬੇਨਤੀਆਂ ਭੁੱਲਾਂ ਚੁੱਕਾਂ ਲਈ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੰਗੀਰ ਕੌਰ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਤੁਰੰਤ ਇਸ ਗੱਲ ਦੇ ਉੱਤੇ ਆਪਣੀ ਟਿੱਪਣੀ ਜ਼ਰੂਰ ਦੇਣ, ਉਸ ਤੋਂ ਬਾਅਦ ਬਾਕੀ ਜਿਵੇਂ ਪ੍ਰੋਗਰਾਮ ਹੋਊਗਾ। ਧੰਨਵਾਦ। ਬਾਕੀ ਇਹ ਤਾਂ ਇੱਕ ਮਸਲਾ ਜੀ, ਜਿਹੜਾ 90 ਤੱਕ ਮਾਹੌਲ ਨਹੀਂ ਹੈ। ਚਲੋ ਕੋਈ ਨੀ, ਬੈਠੋ ਤੇ ਅਸੀਂ ਆਪਣੀ ਗੱਲ ਕਰ ਲਈਏ। ਅੱਜ ਦਾ ਮਾਹੌਲ ਉਦੋਂ ਹੀ ਖਰਾਬ ਹੋ ਜਾਣਾ ਸੀ, ਅਸੀਂ ਗੱਲ ਤੇ ਕਰ ਲਈਏ ਜਿਹੜੀ ਕੋਈ ਨਾ ਜੇ ਉਦੋਂ ਨਾ ਨਹੀਂ ਦੱਬੋ ਗੱਲ ਨੂੰ। ਹਲੋ ਇੱਕ ਜੀ।